ਤੇ ਹੁਣ ਗੱਲ ਕਰਦੇ ਹਾਂ ਇਸ ਸ਼੍ਰੇਣੀ ਦੀ ਨਗਰ ਕੌਂਸਲ ਦੀ ਖੰਨਾ ਜਿਸ ਦਾ ਬਜਟ ਤਾਂ ਕਰੀਬ 70 ਕਰੋੜ ਹੈ ਪਰ 33 ਵਾਰਡਸ ਲਈ ਫੌਗਿੰਗ ਮਸ਼ੀਨ ਮਹਿਜ਼ ਇੱਕ ਹੀ ਹੈ ਜਿਸ ਨੂੰ ਲੈ ਕੇ ਲੋਕਾਂ ਵਿੱਚ ਖਾਸਾ ਰੋਸ ਵੀ ਹੈ ਕਿਉਂਕਿ ਡੇਂਗੂ ਦਾ ਕਹਿਰ ਹਰ ਪਾਸੇ ਵੇਖਣ ਨੂੰ ਮਿਲ ਰਿਹਾ ਹੈ ਪਰ ਨਗਰ ਕੌਂਸਲ ਵੱਲੋਂ ਸ਼ਹਿਰਾਂ ਵਿੱਚ ਅਜੇ ਤੱਕ ਫੌਗਿੰਗ ਹੀ ਨਹੀਂ ਕਰਵਾਈ ਜਾ ਰਹੀ ਜਿਸ ਨੂੰ ਲੈ ਕੇ ਲੋਕ ਨਗਰ ਕੌਂਸਲ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕ ਰਹੇ ਨੇ एक पासे जिथे डेंगू का कहर पूरे पंजाब अंदर है अते लगातार मरीजां दी गिनती वध रही है उथे ही ए श्रेणी दी नगर कौंसल खन्ना कोल 2 लाख दे करीब आबादी नू डेंगू तो बचाउण लई कोई बहुते चंगे प्रबंध नहीं दिख रहे करीब 70 करोड़ रुपए दे सालाना बजट वाली ए नगर कौंसल अज तक फॉगिंग मशीना नहीं खरीद सकी तुहानू हैरानी होवेगी कि शहर 33 वार्डां दे लई नगर कौंसल दे कोल महज एक ही फॉगिंग मशीन है ਉਤੋਂ ਡੇਂਗੂ ਦਾ ਡੰਗ ਲੋਕਾਂ ਨੂੰ ਲਗਾਤਾਰ ਆਪਣਾ ਨਿਸ਼ਾਨਾ ਬਣਾ ਰਿਹਾ ਹੈ ਪੂਰੇ ਸ਼ਹਿਰ ਵਿੱਚ ਗੰਦਗੀ ਦਾ ਇਹ ਆਲਮ ਹੈ ਕਿ ਗਲੀਆਂ ਵਿੱਚ ਪਾਣੀ ਭਰਿਆ ਰਹਿੰਦਾ ਤੇ ਥਾਂ ਥਾਂ ਕੂੜੇ ਦੇ ਢੇਰ ਬਿਮਾਰੀਆਂ ਨੂੰ ਸੱਦਾ ਦੇ ਰਹੇ ਨੇ ਸ਼ਹਿਰ ਵਾਸੀਆਂ ਦਾ ਇਲਜ਼ਾਮ ਹੈ ਕਿ ਨਗਰ ਕੌਂਸਲ ਦੇ ਵੱਲੋਂ ਡੇਂਗੂ ਦੀ ਰੋਕਥਾਮ ਲਈ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ ਅਤੇ ਫੌਗਿੰਗ ਸਿਰਫ ਵਿਖਾਵੇ ਲਈ ਕੀਤੀ ਜਾਂਦੀ ਹੈ ਜਿਹੜੀ ਫੌਗਿੰਗ ਦੀ ਗੱਲ ਚੱਲ ਰਹੀ ਹੈ ਫੌਗਿੰਗ ਇੱਕ ਸਿਰਫ ਨਾ ਮਾਤਰ ਦੀ ਹੈ ਸ਼ਹਿਰ ਦੇ ਵਿੱਚ ਜਿਹੜੀ ਫੋਗਿੰਗ ਕਰ ਰਹੇ ਨੇ ਉਹ ਮਸ਼ੀਨ ਜਿਹੜੀ ਹੈ ਮੈਂ ਦੇਖਿਆ ਉਰੇ ਸਾਡੇ ਮਲੇਰਕੋਟਲਾ ਰੋਡ 'ਤੇ ਵੀ ਤਾਂ ਆਮ ਜਿਹੜੀ ਜਿੱਥੇ ਫੋਗਿੰਗ ਕਰਨੀ ਚਾਹੀਦੀ ਹੈ ਨਾ ਉੱਥੇ ਕਰਮਚਾਰੀ ਪਹੁੰਚਦੇ ਨੇ ਨਾ ਉੱਥੇ ਕੋਈ ਉਹਨਾਂ ਦਾ ਚੰਗਾ ਪ੍ਰਬੰਧ ਹੈ ਹਾਲ ਬਹੁਤ ਮਾੜੇ ਨੇ ਪਾਣੀ ਪਾਣੀ ਗੰਦਾ ਪਾਣੀ ਫਿਰਦਾ ਬਿਮਾਰੀ ਘਰ ਘਰ ਫੈਲੀ ਪਈ ਹੈ ਬੱਚੇ ਆਉਂਦੇ ਜਾਂਦੇ ਸਕੂਲ ਵਾਲੇ ਪਾਣੀਆਂ 'ਚ ਗਿਰਦੇ ਨੇ ਬੁਰਾ ਹਾਲ ਹੈ ਬਹੁਤ ਜ਼ਿਆਦਾ ਇੱਥੇ ਕੋਈ ਸੁਣਵਾਈ ਨਹੀਂ ਹੁੰਦੀ ਡੇਂਗੂ ਦਾ ਕੀ ਹਾਲ ਹੈ ਡੇਂਗੂ ਹੋਣਾ ਹੀ ਹੋਣਾ ਡੇਂਗੂ ਜਦ ਬੁਖਾਰ ਘਰ ਘਰ ਹੋਏ ਪਏ ਨੇ उधर लोकां दी इस परेशानी बारे कौंसल दे कार्यकारी अधिकारी दा कहना है कि शहर दे अंदर लोड़ मुताबक फॉगिंग करवाई जांदी है उना फॉगिंग मशीना दी घाट बारे दस्या कि नगर कौंसल दे वल्लों मशीना खरीदन संबंधी विचार कीता जा रिहा है फॉगिंग लई साडे कोल इक वड्डा आटो ते आटो माउंटेड ते दो हैंडी मशीन उना दे टेंडर असी फ्लोट करते सीगे ਅਤੇ ਜਲਦੀ ਵੀ ਦਿਨ ਦਿਸ ਵੀਕ ਅਸੀਂ ਉਹ ਨਵੀਂ ਫੋਗਿੰਗ ਮਸ਼ੀਨ ਲੈ ਰਹੇ ਹਾਂ ਜਿੱਥੇ ਕਿਤੇ ਐਮਰਜੈਂਸੀ ਹੁੰਦੀ ਹੈ ਸਪੋਜ਼ ਕਰੋ ਜਿੱਥੇ ਸਾਨੂੰ ਲੱਗਦਾ ਕਿ ਜਿੱਥੇ ਮੱਛਰ ਜ਼ਿਆਦਾ ਹੋ ਗਏ ਆ ਜਾਂ ਜਿੱਥੇ ਕੋਈ ਇਮੀਜੀਏਟਲੀ ਲੋੜ ਆ ਉੱਥੇ ਅਸੀਂ ਇਮੀਜੀਏਟਲੀ ਭੇਜ ਵੀ ਦਿੰਦੇ ਹਾਂ ਜਲਦੀ ਅਦਰਵਾਈਜ਼ ਸਾਡੇ ਰੈਗੂਲਰ ਚੱਲ ਰਹੇ ਖੰਨਾ ਸ਼ਹਿਰ ਦੇ ਹਾਲਾਤ ਨਗਰ ਕੌਂਸਲ ਦੀ ਕਾਰਗੁਜ਼ਾਰੀ ਨੂੰ ਬਾਖੂਬੀ ਬਿਆਨ ਕਰ ਰਹੇ ਨੇ ਸੋ ਲੋੜ ਹੈ ਕਿ ਡੇਂਗੂ ਦੇ ਡੰਕ ਤੋਂ ਲੋਕਾਂ ਨੂੰ ਬਚਾਉਣ ਲਈ ਨਗਰ ਕੌਂਸਲ ਦੇ ਅਧਿਕਾਰੀ ਫੌਰਨ ਕਦਮ ਚੁੱਕਣ ਤਾਂ ਜੋ ਹਾਲਾਤ ਬੇਕਾਬੂ ਹੋਣ ਤੋਂ ਪਹਿਲਾਂ ਹੀ ਸੁਧਾਰੇ ਜਾ ਸਕਣ ਖੰਨਾ ਤੋਂ ਗੁਰਦੀਪ ਸਿੰਘ ਦੇ ਨਾਲ ਪੀਟੀਸੀ ਨਿਊਜ਼ ਉਧਰ ਕੌਮੀ ਸ਼ਾਹਰਾਹ 9 ਨੂੰ ਚੌੜਾ ਕਰਨ ਦਾ ਕੰਮ ਲੋਕਾਂ ਲਈ ਭਾਰੇ ਪਰੇਸ਼ਾਨੀ ਦਾ ਕਾਰਨ ਬਣ ਰਿਹਾ ਮਲੋੜ ਤੋਂ ਡਾਬਵਲੀ ਤੱਕ ਦੀ ਇਸ ਸੜਕ ਤੇ ਪੁੱਟੇ ਗਏ ਵੱਡੇ ਵੱਡੇ ਟੋਏ ਹਾਦਸਿਆਂ ਦਾ ਕਾਰਨ ਬਣ ਰਹੇ ਨੇ ਇਨ੍ਹਾਂ ਹਾਲਾਤਾਂ ਤੋਂ ਦੁਖੀ ਲੋਕਾਂ ਦਾ ਕਹਿਣਾ ਇਹ ਹੈ ਕਿ ਸੜਕ ਬਣਾਉਣ ਦਾ ਕੰਮ ਕੀਤੀ ਕੀੜੀ ਚਾਲ ਦੇ ਨਾਲ ਚੱਲ ਰਿਹਾ ਹੈ ਜਿਸ ਕਾਰਨ ਉਨ੍ਹਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਇਹ ਗੱਡੀਆਂ ਦੀ ਆਵਾਜਾਈ ਕਾਰਨ ਮਿੱਟੀ ਬਹੁਤ ਉੱਡਦੀ ਹੈ ਤਾਂ ਉੱਥੇ ਦੂਸਰੇ ਪਾਸੇ ਜਦੋਂ ਇੱਥੇ ਪਾਣੀ ਛਿੜਕ ਜਾਂਦਾ ਜਾਂਦਾ ਹੈ ਤਾਂ ਚਿੱਕੜ ਹੋ ਜਾਂਦਾ ਹੈ ਜਿਸ ਕਾਰਨ ਲੋਕ ਤਿਲਕ ਕੇ ਡਿੱਗ ਵੀ ਜਾਂਦੇ ਨੇ ਲੋਕਾਂ ਦੀ ਮੰਗ ਇਹ ਹੈ ਕਿ ਸੜਕ ਬਣਾਉਣ ਦਾ ਕੰਮ ਛੇਤੀ ਹੀ ਮੁਕੰਮਲ ਕੀਤਾ ਜਾਵੇ ਉਧਰ ਲੋਕਾਂ ਦੀ ਇਸ ਪਰੇਸ਼ਾਨੀ ਬਾਰੇ ਜਦੋਂ ਸੰਬੰਧਿਤ ਕੰਪਨੀਆਂ ਤੇ ਠੇਕੇਦਾਰ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹਨਾਂ ਕੈਮਰੇ ਸਾਹਮਣੇ ਕੁਝ ਵੀ ਬੋਲਣ ਤੋਂ ਇਨਕਾਰ ਕਰ ਦਿੱਤਾ ਇੱਥੇ ਇਹ ਜਿਹੜੇ ਰੋਡ ਵਾਲੇ ਆ ਬੜੀ ਅਣਗਹਿਲੀ ਨਾਲ ਕੰਮ ਕਰ ਰਹੇ ਆ ਮਿੱਟੀ ਘੱਟਾ ਦੇਖੋ ਬਹੁਤ ਜ਼ਿਆਦਾ ਉੱਡਦਾ ਹੈ ਇਹ ਕਦੇ ਕੋਈ ਛਿੜਕਾਅ ਨਹੀਂ ਕਰਦੇ ਜੇ ਛਿੜਕਾਅ ਕਰਨਗੇ ਤਾਂ ਇੰਨਾ ਕਰਨਗੇ ਵੀ ਇੰਨਾ ਚਿੱਕੜ ਹੋ ਜਾਂਦਾ ਕਿਸੇ ਤੋਂ ਕੋਈ ਲੰਘਣਾ ਕਰਨਾ ਬੜਾ ਮੁਸ਼ਕਲ ਦੀ ਗੱਲ ਹੋ ਜਾਂਦੀ ਹੈ ਜਿਹੜੇ ਇਹਨਾਂ ਦੇ ਡੰਪਰ ਚੱਲਦੇ ਆ ਡੰਪਰ ਵੀ ਨੰਗੇ ਮਿੱਟੀ ਲੈ ਕੇ ਚੱਲੀ ਜਾਂਦੇ ਪੂਰਾ ਕਾਨੂੰਨ ਨੂੰ ਸਿੱਕੇ ਟੰਗ ਕੇ ਕੰਮ ਕਰ ਰਹੇ ਜੋ ਵੀ ਕਰ ਰਹੇ 4 ਮਹੀਨੇ ਹੋ ਗਏ ਟੋਆ ਪੱਟੇ ਇਹਦੇ ਵਿੱਚ ਮੋਟਰਸਾਈਕਲ ਵੀ ਡਿੱਗੇ ਹੈ ਸਾਡੇ ਕੋਲ ਫੋਟੋਆਂ ਵੀ ਹੈਗੀਆਂ ਅਸੀਂ ਬੰਦੇ ਮਤਲਬ ਕੱਢੇ ਆ ਫੜ ਕੇ ਅਤੇ ਅਸੀਂ ਉੱਥੇ ਜਾ ਕੇ ਆਹਦੇ ਵੀ ਰਹੇ ਹਾਂ ਇਹਨਾਂ ਨੂੰ ਵੀ ਸਾਡਾ ਕੰਮ ਇੱਥੇ ਕਰ ਦਿਓ ਤੁਸੀਂ ਬੰਦੇ ਮਤਲਬ ਡਿੱਗਦੇ ਆ ਇਹਦੇ ਵਿੱਚ ਅਤੇ ਰਸਤਾ ਹੀ ਬੰਦ ਹੋ ਜਾਂਦਾ ਭੀੜਾ ਹੋਇਆ ਪਿਆ ਪਰ ਇਹ ਕਹਿਣਾ ਮੰਨਿਆ ਹੀ ਨਹੀਂ ਇਹਨਾਂ ਨੇ ਮਾਈਨਿੰਗ ਡਿਪਾਰਟਮੈਂਟ ਵੱਲੋਂ ਸਾਡੇ ਕੋਲ ਕੁਛ ਜਿਹੜੇ ਟਰੱਕਸ ਹੈਗੇ ਜਿਹੜੇ ਕਿ ਮਾਈਨਿੰਗ ਦੇ ਰੂਲਸ ਐਂਡ ਰੈਗੂਲੇਸ਼ਨ ਦੀ ਉਲੰਘਣਾ ਕਰ ਰਹੇ ਸੀ ਉਸ ਸੰਬੰਧ 'ਚ ਉਹਨਾਂ ਦੇ ਉਲੰਘਣਾ ਕਰਨ 'ਤੇ ਉਹਨਾਂ ਵੱਲੋਂ ਬੰਦ ਕੀਤੇ ਗਏ ਜੋ ਕਿ ਇੱਥੇ ਸਪੁਰਦ ਕੀਤੇ ਗਏ ਆ ਜੋ ਇਸ ਸੰਬੰਧੀ ਆਪਦੀ ਕਾਰਵਾਈ ਕਰਨ ਉਪਰੰਤ ਰਿਲੀਜ਼ ਆਰਡਰ ਜਿਸ ਤਰ੍ਹਾਂ ਵੀ ਹੋਣਗੇ ਸਾਨੂੰ ਪ੍ਰੋਸੀਡ ਕਰਕੇ ਦਿੱਤੇ ਜਾਣਗੇ
उधर संत अतर सिंह जी की याद विच बनाए जाने वाले मेडिकल कॉलेज का मुद्दा गरमा गया। इस संबंधी श्रोमणी कमेटी के साबका प्रधान गोविंद सिंह लौंगोवाल ने सरकार की मंशा से सवाल चुकया होया कि एसजीपीसी कॉलेज बनाने में सरकार की हर संभव मदद सहयोग करने तैयार है, बशर्ते श्रोमणी कमेटी के सारे हक हकूक बरकरार रहे। उन्होंने कहना ही है कि सरकार इस मसले का मुद्दा बनाना चाहती है क्योंकि आम आदमी पार्टी सरकार इस कॉलेज के मुद्दे नू लोकसभा चोणां विच बनाना चाहती है। मेडिकल कॉलेज बन रहा है जिसका नींह पत्थर पंजाब के मुख्यमंत्री भगवंत मान जी ने रखे है, उसके संबंध में मसला है क्योंकि हाई कोर्ट ने भी श्रोमणी गुरुद्वारा प्रबंधक कमेटी के हक के सारा यह गुरुद्वारा साहब घोषित किया गया, जिनी इतों की जायदाद है भावें जमीन है गुरुद्वारा होर जिन्हें भी है यह श्रोमणी गुरुद्वारा प्रबंधक कमेटी के हक के होया होया है। विसाखे दावनावान मुख रखते हुए असं हक चा भी इतने जोड़ा मेडिकल कॉलेज बनना चाहिए, उन्हें यह भी लिखा है लेकिन उन्हें यह लिखा कि साढ़े नाल पंजाब सरकार जी है लिखती गलबात करे,